ਸਟੱਡੀਜ਼ ਚੈਨਲ ਦੇ ਮਾਧਿਅਮ ਰਾਹੀਂ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਵਿਊਅਰਸ ਦਾ ਇਸ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਕੁਝ ਅਜਿਹੇ ਲੀਗਲ ਟਰਮਸ ਲਏ ਗਏ ਹਨ ਜੋ ਕਿ ਬਹੁਤ ਕੋਮਨਲੀ ਯੂਜ਼ ਹੁੰਦੇ ਹਨ ਲਾਅ ਫੀਲਡ ਦੇ ਅੰਦਰ, ਅਤੇ ਅਸੀਂ ਉਸ ਲੀਗਲ ਟਰਮਸ ਨੂੰ ਪੰਜਾਬੀ ਵਿੱਚ ਲਿਖਣਾ ਸਿੱਖਾਂਗੇ ਕਿ ਪੰਜਾਬੀ ਵਿੱਚ ਇਹ ਲੀਗਲ ਟਰਮਸ ਨੂੰ ਕੀ ਕਿਹਾ ਜਾਂਦਾ ਹੈ ਅਤੇ ਕਿਵੇਂ ਲਿਖਿਆ ਜਾਂਦਾ ਹੈ, ਕਿਵੇਂ ਪੜ੍ਹਿਆ ਜਾਂਦਾ ਹੈ। ਤਾਂ ਸਟਾਰਟ ਕਰਦੇ ਹਾਂ ਇਸ ਵੀਡੀਓ ਨੂੰ। ਲੀਗਲ ਟਰਮਸ ਐਂਡ ਮੀਨਿੰਗਸ, ਯਾਨੀ ਕਿ ਕਾਨੂੰਨੀ ਸ਼ਬਦਾਵਲੀ ਅਤੇ ਉਹਨਾਂ ਦੇ ਅਰਥ, ਕਾਨੂੰਨੀ ਸ਼ਬਦਾਵਲੀ ਅਤੇ ਅਰਥ। ਇਸ ਦੇ ਨਾਲ ਹੀ ਪਹਿਲਾ ਵਰਡ ਸਟਾਰਟ ਕਰਦੇ ਹਾਂ ਜੋ ਕਿ ਹੈ ਐਫੀਡੈਵਿਟ। ਐਫੀਡੈਵਿਟ ਇੱਕ ਬਹੁਤ ਕੋਮਨ ਯੂਜ਼ ਹੋਣ ਵਾਲਾ ਡਾਕੂਮੈਂਟ ਹੈ ਲਾਅ ਫੀਲਡ ਦੇ ਅੰਦਰ। ਐਫੀਡੈਵਿਟ ਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਹਲਫਨਾਮਾ। ਹਲਫਨਾਮਾ ਇਸ ਨੂੰ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ? ਹਲਫਨਾਮਾ। ਇਸ ਦੇ ਨਾਲ ਹੀ ਜੋ ਸੈਕਿੰਡ ਵਰਡ ਹੈ ਉਹ ਹੈ ਐਡਜਰਨ। ਜਿਵੇਂ ਆਪਾਂ ਕਹਿੰਦੇ ਹਾਂ ਕੇਸ ਐਡਜਰਨ ਕਰ ਦਿੱਤਾ ਗਿਆ, ਠੀਕ ਹੈ, ਜਿਵੇਂ ਤਰੀਕ ਪੈ ਜਾਣੀ, ਤਾਂ ਐਡਜਰਨ ਨੂੰ ਬੋਲਿਆ ਜਾਂਦਾ ਹੈ ਮੁਲਤਵੀ। ਕੀ ਕਰ ਦਿੱਤਾ ਗਿਆ? ਕੇਸ ਮੁਲਤਵੀ ਕਰ ਦਿੱਤਾ ਗਿਆ। ਮੁਲਤਵੀ ਕਰਨਾ। ਨੈਕਸਟ ਵਰਡ ਇਜ਼ ਐਵੀਡੈਂਸ। ਐਵੀਡੈਂਸ ਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਸਬੂਤ। ਸਬੂਤ। ਜਜਮੈਂਟ ਨੂੰ ਕਿਹਾ ਜਾਂਦਾ ਹੈ ਫੈਸਲਾ। ਫੈਸਲਾ। ਫੈਸਲਾ ਵੀ ਕਹਿ ਸਕਦੇ ਹਾਂ, ਨਿਰਣਾ ਵੀ ਕਹਿ ਸਕਦੇ ਹਾਂ ਕਿ ਕੋਰਟ ਨੇ ਜਜਮੈਂਟ ਦਿੱਤੀ ਹੈ, ਯਾਨੀ ਕੋਰਟ ਨੇ ਕੀ ਸੁਣਾਇਆ, ਫੈਸਲਾ ਸੁਣਾਇਆ ਹੈ ਜਾਂ ਨਿਰਣਾ ਕੀਤਾ ਹੈ। ਨੈਕਸਟ ਵਰਡ ਇਜ਼ ਐਬਿਊਜ਼। ਐਬਿਊਜ਼ ਨੂੰ ਅਸੀਂ ਦੁਰਵਿਹਾਰ ਵੀ ਕਹਿ ਸਕਦੇ ਹਾਂ, ਬਦਸਲੂਕੀ ਵੀ ਕਹਿ ਸਕਦੇ ਹਾਂ, ਜਿਵੇਂ ਆਪਾਂ ਕਹਿੰਦੇ ਨਾ ਗਾਲੀ ਗਲੋਚ ਕਰਨਾ, ਤਾਂ ਐਬਿਊਜ਼ ਨੂੰ ਕਹਿ ਸਕਦੇ ਹਾਂ ਦੁਰਵਿਹਾਰ। ਇਸ ਦੇ ਨਾਲ ਇਸ ਨੂੰ ਬਦਸਲੂਕੀ ਵੀ ਕਿਹਾ ਜਾ ਸਕਦਾ ਹੈ। ਬਦਸਲੂਕੀ। ਨੈਕਸਟ ਵਰਡ ਇਜ਼ ਕੰਪਲੇਂਟ। ਕੰਪਲੇਂਟ ਨੂੰ ਕਿਹਾ ਜਾਂਦਾ ਹੈ ਸ਼ਿਕਾਇਤ। ਜਦੋਂ ਆਪਾਂ ਫਲੋ 'ਚ ਬੋਲਦੇ ਫਿਰ ਆਪਾਂ ਕਹਿੰਦੇ ਸ਼ਿਕਾਇਤ ਕੀਤੀ, ਲਿਖਣ 'ਚ ਆ ਜਾਂਦਾ ਸ਼ਿਕਾਇਤ। ਸ਼ਿਕਾਇਤ, ਕੰਪਲੇਂਟ ਕਰਨਾ, ਸ਼ਿਕਾਇਤ ਕਰਨਾ। ਐਡਵੋਕੇਟ, ਵਕੀਲ। ਵਕੀਲ। ਜਸਟਿਸ, ਜਿਵੇਂ ਆਈ ਡਿਡਨਟ ਗੈਟ ਦ ਜਸਟਿਸ, ਮੈਨੂੰ ਜਸਟਿਸ ਨਹੀਂ ਮਿਲਿਆ, ਯਾਨੀ ਮੈਨੂੰ ਨਿਆਂ ਨਹੀਂ ਮਿਲਿਆ। ਨਿਆਂ ਕਰਨਾ, ਜਸਟਿਸ ਕਰਨਾ, ਨਿਆਂ ਕਰਨਾ। ਓਥ, ਓਥ ਸਹੁੰ ਚੁੱਕਣਾ। ਸਹੁੰ, ਪੰਜਾਬੀ ਵਿੱਚ ਸਹੁੰ ਚੁੱਕਣਾ ਕਹਿੰਦੇ, ਜਿਵੇਂ ਹਿੰਦੀ 'ਚ ਕਹਿੰਦੇ ਹਾਂ ਕਸਮ ਖਾਣਾ, ਠੀਕ ਹੈ, ਓਥ ਸਹੁੰ ਚੁੱਕਣਾ। ਸਟੇਟਮੈਂਟ ਨੂੰ ਕਿਹਾ ਜਾਂਦਾ ਹੈ ਬਿਆਨ। ਜਿਵੇਂ ਆਪਾਂ ਕਹਿੰਦੇ ਸਟੇਟਮੈਂਟ ਦਰਜ ਕੀਤੀ, ਯਾਨੀ ਬਿਆਨ ਦਰਜ ਕੀਤੇ, ਸਟੇਟਮੈਂਟ ਰਿਕਾਰਡ ਕੀਤੀ, ਬਿਆਨ ਦਰਜ ਕੀਤੇ ਗਏ। ਨੈਕਸਟ ਵਰਡ ਇਜ਼ ਪ੍ਰੋਸੀਡਿੰਗਸ। ਪ੍ਰੋਸੀਡਿੰਗਸ ਨੂੰ ਕਿਹਾ ਜਾਂਦਾ ਕਾਰਵਾਈ। ਪ੍ਰੋਸੀਡਿੰਗਸ, ਕਾਰਵਾਈ ਕਰਨੀ। ਕ੍ਰਿਮੀਨਲ, ਕ੍ਰਿਮੀਨਲ ਨੂੰ ਅਪਰਾਧੀ ਵੀ ਕਹਿ ਸਕਦੇ ਹਾਂ, ਗੁਨਾਹਗਾਰ ਵੀ ਕਹਿ ਸਕਦੇ ਹਾਂ, ਬਟ ਮੋਸਟਲੀ ਮੁਜਰਮ ਯੂਜ਼ ਵਰਡ ਕੀਤਾ ਜਾਂਦਾ, ਮੁਜਰਮ।
ਮੁਜਰਮ ਵਰਡ ਜਿਹੜਾ ਉਹ ਜ਼ਿਆਦਾਤਰ ਯੂਜ਼ ਕੀਤਾ ਜਾਂਦਾ ਹੈ। ਅਪਰਾਧੀ ਵੀ ਕਹਿ ਸਕਦੇ ਹਾਂ, ਅਪਰਾਧੀ। ਨੈਕਸਟ ਵਰਡ ਇਜ਼ ਅਪੀਲ। ਅਪੀਲ ਨੂੰ ਪੰਜਾਬੀ ਵਿੱਚ ਅਪੀਲ ਹੀ ਲਿਖਿਆ ਜਾਂਦਾ ਹੈ, ਅਪੀਲ। ਇਸ ਦੇ ਨਾਲ ਹੀ ਜਿਹੜਾ ਵਰਡ ਹੈ ਐਪੀਲੈਂਟ ਕਹਿ ਸਕਦੇ ਹਾਂ, ਐਪੀਲੈਂਟ ਅਪੀਲ ਤੋਂ ਐਪੀਲੈਂਟ ਬਣਿਆ। ਅਪੀਲ ਕਰਨ ਵਾਲੇ ਪਰਸਨ ਨੂੰ ਐਪੀਲੈਂਟ ਕਿਹਾ ਜਾਂਦਾ, ਯਾਨੀ ਅਪੀਲ ਕਰਤਾ, ਅਪੀਲ ਕਰਤਾ। ਕੇਸ ਨੂੰ ਵੀ ਪੰਜਾਬੀ 'ਚ ਕੇਸ ਹੀ ਲਿਖਿਆ ਜਾਂਦਾ, ਕੇਸ। ਨੈਕਸਟ ਵਰਡ ਇਜ਼ ਵਾਰੰਟ। ਵਾਰੰਟ ਨੂੰ ਵੀ ਵਾਰੰਟੀ ਲਿਖਿਆ ਜਾਂਦਾ। ਦੇਖੋ, ਕੋਈ ਵੀ ਜਿਹੜੀ ਭਾਸ਼ਾ ਹੁੰਦੀ ਹੈ ਨਾ, ਓਵਰ ਦਾ ਪੀਰੀਅਡ ਆਫ ਟਾਈਮ ਕੀ ਹੁੰਦਾ ਕਿ ਉਸ ਭਾਸ਼ਾ ਦੇ ਵਿੱਚ ਜਿਹੜੀ ਉਸ ਏਰੀਆ 'ਚ ਬੋਲੀ ਜਾਣ ਵਾਲੀ ਹੋਰ ਭਾਸ਼ਾਵਾਂ ਹੈ ਉਹਦਾ ਇੰਪੈਕਟ ਪੈਣਾ ਸ਼ੁਰੂ ਹੋ ਜਾਂਦਾ, ਅਸਰ ਪੈਣਾ ਸ਼ੁਰੂ ਹੋ ਜਾਂਦਾ। ਅਤੇ ਜਿਹੜੀ ਇੰਗਲਿਸ਼ ਆ, ਮੋਸਟ ਪਾਪੂਲਰ ਲੈਂਗੁਏਜ ਹੈ, ਅਤੇ ਇੰਗਲਿਸ਼ ਦੇ ਵਰਡਸ ਦਾ ਜਿਹੜਾ ਬਾਕੀ ਸਾਰੀ ਲੈਂਗੁਏਜਸ ਦੇ ਉੱਪਰ ਅੱਜ ਦੀ ਡੇਟ 'ਚ ਬਹੁਤ ਇੰਪੈਕਟ ਪਿਆ ਹੈ। ਅਤੇ ਉਹ ਜਿਹੜੇ ਇੰਗਲਿਸ਼ ਦੇ ਵਰਡਸ ਆ, ਐਸ ਸੱਚ ਦੂਸਰੀ ਭਾਸ਼ਾਵਾਂ ਦੇ ਵਿੱਚ ਸ਼ਾਮਿਲ ਹੋ ਗਏ ਹਨ। ਜਿਵੇਂ ਵਾਰੰਟ ਹੈ, ਵਾਰੰਟ ਨੂੰ ਵਾਰੰਟ ਕਹਿ ਰਹੇ ਹਾਂ, ਕੇਸ ਹੈ, ਕੇਸ ਨੂੰ ਕੇਸ ਕਹਿ ਰਹੇ ਹਾਂ, ਅਪੀਲ ਨੂੰ ਅਪੀਲ ਹੀ ਲਿਖ ਰਹੇ ਹਾਂ ਪੰਜਾਬੀ ਦੇ ਵਿੱਚ। ਇਸੀ ਤਰ੍ਹਾਂ ਦੇ ਹੋਰ ਵਰਡਸ ਹੈ, ਜਿਵੇਂ ਰਿਟ ਹੈ, ਰਿਟ ਨੂੰ ਵੀ ਪੰਜਾਬੀ ਵਿੱਚ ਰਿਟ ਹੀ ਲਿਖਿਆ ਜਾਂਦਾ, ਠੀਕ ਹੈ। ਪਟੀਸ਼ਨਰ, ਪਟੀਸ਼ਨਰ ਨੂੰ ਵੀ ਪਟੀਸ਼ਨਰ ਹੀ ਲਿਖਿਆ ਜਾਂਦਾ ਹੈ, ਕਿਹਾ ਜਾਂਦਾ ਹੈ ਪਟੀਸ਼ਨਰ। ਨੋਟਰੀ ਨੂੰ ਵੀ ਨੋਟਰੀ ਹੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸਾਰੇ ਇੰਗਲਿਸ਼ ਦੇ ਵਰਡਸ ਜਿਹੜੇ ਹੈ ਉਹ ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਨ। ਜਿਊਰੀ ਨੂੰ ਵੀ ਜਿਊਰੀ ਹੀ ਲਿਖਿਆ ਜਾਂਦਾ, ਜਿਊਰੀ, ਜਿਊਰੀ, ਠੀਕ ਹੈ ਜੀ। ਅਤੇ ਇਸ ਤਰ੍ਹਾਂ 20 ਆਪਾਂ ਅਜਿਹੇ ਵਰਡਸ ਦੇਖੇ ਆ ਜੋ ਲੀਗਲ ਟਰਮਸ ਹਨ, ਕੋਮਨਲੀ ਯੂਜ਼ ਲੀਗਲ ਟਰਮਸ ਹਨ। ਅਸੀਂ ਦੇਖਿਆ ਕਿ ਉਹਨਾਂ ਨੂੰ ਪੰਜਾਬੀ ਵਿੱਚ ਕਿਵੇਂ ਲਿਖਿਆ, ਪੜ੍ਹਿਆ ਅਤੇ ਕਿਹਾ ਜਾਂਦਾ ਹੈ। ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਖਤਮ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ।